अपना चाचा ही लगता कह लो कि महलेदार लगता वा स्वामी उहदा बेटा वा छोटा विशाल पहलो स्वामी जी आप भी शराब का काम करते रहे ने हुण उहदा तां बेटा अपना खर्चा पानी करन वास्ते ना थोड़ी बहुती लै के आया होना ठीक है जी तो वह काम करता सीगा ते उहदे घरे पई सी उहदे घरे सारी गलबात होई है होर इहदा होर किसे नाल भी कोई लेना किन्नियां पेटियां शराब फड़ी है इह नहीं पता जी किन्नियां पेटियां फड़ियां गईयां वा बाकी है कि उहदी अपनी शराब आ मुंडा भी मानदा वा कि मेरी अपनी शराब आ जी पुलिस पार्टी भेजी है ते उत्थे सानू चार पेटियां मेजर मास्टर मूवमेंट दी मिलियां ने सर पता लगा कि जिहड़ी शराब बेच रहे सी जां बेच रहे सीगे इह चुनाव च वरतण वाली सीगी नहीं हजे तफ्तीश चलदी पई है जी तफ्तीश चलदी पई आ ते जो आएगा अगे इन्वेस्टिगेशन दे विच दस दंग और पिटक लगा होया सारे बंदे मोड़ लगा रहे हैं कि लाल की शराब कड़ी फड़ी जानी है कार की गल है नहीं 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 पहला भुगता चुके ने पैकिंग करके वो पैकिंग की जो चार बोतल बाबा लिफाफिया दो दो वो भी पुलिस ने चार पेटियां शराब फड़ी गई महल चो की मामला जिहड़ी इह शराब है इह डिवीजन नंबर चार नूं भी पता है कि इत्थे शराब का काम चलता इस बंदे का और यह बहुत पुराना शराब का काम करता और यह अपनी तीन चार पेटियां मतलब कि बेचता है यह अपना घर का गुजारा करता और यह काम कोई नहीं है सिर्फ शराब के सिर पर यह गुजारा है और यह जिहड़े इत्थों कोई होर बंदे आए थे वो इल्जाम लाते पे कि यह कांग्रेस की शराब है यह कांग्रेस के इत्थे झंडे पे है झंडे का अजकल हर घर च झंडा पे है हर घर च पोस्टर लगा हुआ हर घर च बैनर लगा हुआ है ਇਹ ਕਿਸ ਤਰ੍ਹਾਂ ਕੋਈ ਇਲਜ਼ਾਮ ਲਾ ਸਕਦਾ ਹੈ ਕਿ ਇਹ ਕਾਂਗਰਸ ਦੀ ਸ਼ਰਾਬ ਆ ਔਰ ਕਾਂਗਰਸ ਦਾ ਝੰਡਾ ਹੈ ਇਸ ਕਰਕੇ ਕਿਹਦੇ ਘਰ ਰੇਡ ਹੋਈ ਹੈ ਸਰ ਇਹ ਘਰ ਹੋਈ ਹੈ ਜੀ ਕੀ ਨਾਮ ਉਹਦਾ ਸਵਾਮੀ ਦਾ ਜੀ ਸਵਾਮੀ ਦਾ ਕੰਮ ਹੀ ਸ਼ਰਾਬ ਦਾ ਕਿਸੇ ਨੂੰ ਮਹੱਲੇ ਓਂਕਾਰੀ ਕਰਕੇ ਪੁੱਛਿਆ ਜਾਏ ਕਿਸੇ ਨੂੰ ਵੀ ਪਹਿਲਾ ਨੰਬਰ ਤਾਂ ਡਿਵੀਜ਼ਨ ਨੰਬਰ 4 ਦੇ ਹੀ ਇੰਨੇ ਪਰਚੇ ਹੋਣੇ ਆ ਇਹਦੇ ਤੇ ਘੱਟ ਤੋਂ ਘੱਟ ਕਿ 10 ਪਰਚੇ ਹੋਣੇ ਆ ਸ਼ਰਾਬ ਦੇ ਇਸ ਬੰਦੇ ਦੇ ਔਰ ਕਿਸੇ ਨੂੰ ਵੀ ਜਾ ਕੇ ਮਹੱਲੇਦਾਰੀ ਜੀ ਪੁੱਛ ਸਕਦੇ ਸ਼ਰਾਬ ਕਿਹਦੀ ਹੈ ਇਹ ਸਵਾਮੀ ਦੀ ਸ਼ਰਾਬ ਹੈ ਔਰ ਸਾਨੂੰ ਇਸ ਤਰ੍ਹਾਂ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਕਾਂਗਰਸ ਨੂੰ ਬਦਨਾਮ ਨਾ ਕੀਤਾ ਜਾਏ ਇੱਕ ਸ਼ਰੀਫ ਬੰਦੇ ਨੂੰ ਕਿਉਂ ਬਦਨਾਮ ਕਰਨਾ ਆਪਾਂ ਇਸ ਕਰਕੇ ਅਸੀਂ ਤਾਂ ਸਾਡਾ ਰੋਸ਼ ਇਸ ਕਰਕੇ ਸੀਗਾ ਕਿ ਸਾਨੂੰ ਵੀ ਆਉਂਦਾ ਕਿ ਜਿਹੜਾ ਇੱਕ ਬੰਦਾ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਜਾਂ ਸ਼ਰਾਬ ਨੂੰ ਦੇਖਦਾ ਨਹੀਂ ਕੋਈ ਉਹਦਾ ਨਾਂ ਕਿਉਂ ਲਿੱਤਾ ਜਾਂਦਾ ਕਿ ਜਾਂ ਮਹੱਲੇ 'ਚ ਕਾਂਗਰਸ ਨੂੰ ਕੋਈ ਦੱਸ ਦੇ ਕਿ ਕਾਂਗਰਸ ਵਾਲਾ ਕੋਈ ਸ਼ਰਾਬ ਵੰਡ ਰਿਹਾ ਆਹ ਤਾਂ ਤੇ ਕੋਈ ਗੱਲ ਕਰੀਏ ਜੇ ਕੋਈ ਇਹਦੇ ਘਰ ਝੰਡਾ ਪਿਆ ਉਹਦੇ ਝੰਡੇ ਦੇ ਪ੍ਰੂਫ 'ਤੇ ਕੋਈ ਨਹੀਂ ਕਹਿ ਸਕਦਾ ਕਿ ਇਹ ਸ਼ਰਾਬ ਕਾਂਗਰਸ ਦੀ ਹੈ ਇਸ ਕਰਕੇ ਸਾਡਾ ਰੋਸ਼ ਸੀਗਾ ਜ਼ਿਆਦਾ ਹਾਂਜੀ ਭਾਅ ਜੀ ਜਿਹੜੀ ਰੇਡ ਹੋਈ ਹੈ ਮਹੱਲੇ ਦੇ ਵਿੱਚ ਕੀ ਗੱਲ ਮਾਮਲਾ ਕੀ ਸੀ ਇਹ ਭਾਅ ਜੀ ਇੱਥੇ ਘਰ ਹੈਗਾ ਇੱਕ ਆਪਣਾ ਚਾਚਾ ਹੀ ਲੱਗਦਾ ਕਹਿ ਲਓ ਕਿ ਮਹੱਲੇਦਾਰ ਲੱਗਦਾ ਵਾ ਸਵਾਮੀ ਉਹਦਾ ਬੇਟਾ ਵਾ ਛੋਟਾ ਵਿਸ਼ਾਲ ਪਹਿਲੋਂ ਸਵਾਮੀ ਜੀ ਆਪ ਵੀ ਸ਼ਰਾਬ ਦਾ ਕੰਮ ਕਰਦੇ ਰਹੇ ਨੇ ਹੁਣ ਉਹਦਾ ਤਾਂ ਬੇਟਾ ਆਪਣਾ ਖਰਚਾ ਪਾਣੀ ਕਰਨ ਵਾਸਤੇ ਨਾ ਥੋੜ੍ਹੀ ਬਹੁਤੀ ਲੈ ਕੇ ਆਇਆ ਹੋਣਾ ਠੀਕ ਹੈ ਜੀ ਅਤੇ ਉਹ ਕੰਮ ਕਰਦਾ ਸੀਗਾ ਅਤੇ ਉਹਦੇ ਘਰੇ ਪਈ ਸੀ ਉਹਦੇ ਘਰੇ ਸਾਰੀ ਗੱਲਬਾਤ ਹੋਈ ਹੈ ਜੀ ਹੋਰ ਇਹਦਾ ਹੋਰ ਕਿਸੇ ਨਾਲ ਵੀ ਕੋਈ ਲੈਣਾ ਕਿੰਨੀਆਂ ਕੁ ਪੇਟੀਆਂ ਸ਼ਰਾਬ ਫੜੀ ਹੈ ਇਹ ਨਹੀਂ ਪਤਾ ਜੀ ਕਿੰਨੀਆਂ ਕੁ ਪੇਟੀਆਂ ਫੜੀਆਂ ਗਈਆਂ ਵਾ ਬਾਕੀ ਹੈਗੀ ਉਹਦੀ ਆਪਣੀ ਸ਼ਰਾਬ ਆ ਮੁੰਡਾ ਵੀ ਮੰਨਦਾ ਵਾ ਕਿ ਮੇਰੀ ਆਪਣੀ ਸ਼ਰਾਬ ਆ ਜੀ ਮੈਂ ਵੇਚਣ ਲਈ ਕੰਮ ਕਰਦਾ ਵਾ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਇੱਥੇ ਤੱਕ ਪ੍ਰਸ਼ਾਸਨ ਦੀ ਨੌਲੇਜ 'ਚ ਵੀ ਹੈਗੀ ਆ ਇਹ ਗੱਲ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਇਸ ਸਿਲਸਿਲੇ 'ਚ ਰੇਡਾਂ ਹੁੰਦੀਆਂ ਰਹੀਆਂ ਵਾ ਅੱਜ ਕੋਈ ਨਵੀਂ ਰੇਡ ਨਹੀਂ ਹੋਈ ਬਾਕੀ ਤੁਸੀਂ ਮਹੱਲੇ 'ਚੋਂ ਕਿਸੇ ਕੋਲੋਂ ਵੀ ਇਨਕੁਆਇਰੀ ਕਰ ਸਕਦੇ ਆ ਕਿ ਇਸ ਮਹੱਲੇ ਦੇ ਵਿੱਚ ਉਹ ਬੰਦਾ ਕੋਈ ਹੋਰ ਕੰਮ ਕਰਦਾ ਵਾ ਜਾਂ ਨਹੀਂ ਕਰਦਾ ਵਾ ਕੋਈ ਸਿਰਫ ਇੱਕੋ ਉਹੀ ਘਰ ਆ ਜਿਹੜਾ ਥੋੜ੍ਹਾ ਬਹੁਤਾ ਆਪਣਾ ਖਰਚਾ ਪਾਣੀ ਚਲਾਉਣ ਵਾਸਤੇ ਕੰਮ ਕਰਦਾ ਅਤੇ ਉਹਦੀ ਆਪਣੀ ਪਰਸਨਲ ਸ਼ਰਾਬ ਸੀ ਇਹਦਾ ਕਿਸੇ ਨਾਲ ਵੀ ਕਿਸੇ ਵੀ ਤਰੀਕੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਹਾਂਜੀ ਦੱਸੋ ਜੀ ਸ਼ਰਾਬ ਫੜੀ ਗਈ ਘਰ 'ਚ ਕੀ ਮੈਟਰ ਕੀ ਸਾਰਾ ਮਾਨਯੋਗ ਕਮਿਸ਼ਨਰ ਸਾਹਿਬ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ADCP ਸਿਟੀ 1 ਵਨ ਸਾਹਿਬ ਅਤੇ ACP ਸੈਂਟਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਇੱਕ ਮੁੱਖ ਫਰਕਾਸ ਨੇ ਆ ਕੇ ਇਤਲਾਹ ਦਿੱਤੀ ਸੀ ਕਿ ਹਰਵਿੰਦਰ ਇਲੀਅਸ ਸਵਾਮੀ ਨਾਂ ਦਾ ਇੱਕ ਬੰਦਾ ਘਰ 'ਚ ਸ਼ਰਾਬ ਦੀ ਵਿਕਰੀ ਕਰ ਰਿਹਾ ਸੇਲ ਕਰ ਰਿਹਾ ਅਤੇ ਮੌਕੇ 'ਤੇ ਜਾ ਕੇ ਅਸੀਂ ਗਏ ਹਾਂ ਪੁਲਿਸ ਪਾਰਟੀ ਭੇਜੀ ਹੈ ਅਤੇ ਉੱਥੇ ਸਾਨੂੰ ਚਾਰ ਪੇਟੀਆਂ ਮੇਜਰ ਮਾਸਟਰ ਮੂਵਮੈਂਟ ਦੀਆਂ ਮਿਲੀਆਂ ਨੇ ਜੀ ਸਰ ਪਤਾ ਲੱਗਾ ਜਿਹੜੀ ਸ਼ਰਾਬ ਵਿਕ ਰਹੀ ਸੀ ਜਾਂ ਵੇਚ ਰਹੇ ਸੀਗੇ ਇਹ ਚੁਣਾਵ 'ਚ ਵਰਤਣ ਵਾਲੀ ਸੀਗੀ ਨਹੀਂ ਹਜੇ ਤਫਤੀਸ਼ ਚੱਲਦੀ ਪਈ ਹੈ ਜੀ ਤਫਤੀਸ਼ ਚੱਲਦੀ ਪਈ ਆ ਅਤੇ ਜੋ ਆਏਗਾ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਉਹ
परेशानी नहीं जिसका कोई हल ना हो योधी सम्राट पंडित तुलसीदास जी मन चाहे प्यारली माता पिता नूं मनाउणा प्रेमी प्रेमिका पति पत्नी च झगड़ा सोधन दुश्मन तो छुटकारा तलाक केस जमीनी झगड़ा इमीग्रेशन मसले कर्जा मुक्ति गुप्त वशीकरण कराओ मन चाहा प्रेमी प्रेमिका पाओ प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा संपर्क करो 98147 56620।